ਟਿਵਾਣਾ ਰੇੜੀ ਦੇ ਸਤਿਕਾਰ ਸਰੋਤਿਓ, ਵਾਘਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਿਓ, ਮੈਂ ਪਰਮਿੰਦਰ ਸਿੰਘ ਟਿਵਾਣਾ। ਅੱਜ ਦੀ ਕਹਾਣੀ ਹੈ ਦਾਨੋ, ਲਿਖਤਮ ਬਲਵੰਤ ਗਾਰਗੀ। ਬਾਹਮਣ ਦਾ ਨਾਂ ਸੀ ਬਾਲਕ, ਉਸਦੇ ਪੁੱਤਰ ਸਨ ਪੰਜ। ਪੰਜੇ ਵਾਰੋ ਵਾਰੀ ਪਾਗਲ ਵੀ ਹੋਏ ਸਨ ਥੋੜ੍ਹੇ ਜਿਹੇ, ਕਿਉਂਕਿ ਇਹ ਚੀਜ਼ਾਂ ਕਈ ਵਾਰੀ ਹੈਡੇਟਰੀ ਦੇ ਵਿੱਚ ਵਾਪਰਦੀਆਂ ਨੇ, ਤੁਹਾਡੇ ਖਾਨਦਾਨੀ ਤੌਰ 'ਤੇ ਵਾਪਰ ਜਾਂਦੀਆਂ ਨੇ। ਜਿਸ ਰਸਤੇ ਵਿੱਚ ਬਾਲਕ ਨਾਂ ਦਾ ਬ੍ਰਾਹਮਣ ਸੀਗਾ, ਜਿਸ 'ਤੇ ਪੰਜ ਪੁੱਤਰ ਹੋਏ। ਬਾਲਕ ਰਾਮ ਪਿੰਡ ਦਾ ਪ੍ਰੋਹਤ ਸੀ। ਮੈਲੀ ਚਿੱਕੜ ਪੱਗ, ਉਲਝੀ ਹੋਈ ਦਾੜ੍ਹੀ, ਲਾਲ ਕੰਨੀ ਵਾਲੀ ਉੱਚੀ ਧੋਤੀ, ਨੰਗੇ ਪੈਰਾਂ 'ਚ ਵਿਆਈਆਂ। ਪਿੰਡ ਜਦੋਂ ਕਿਸੇ ਬੁੱਢੇ ਠੇਰੇ ਦਾ ਮਰਨਾ ਹੁੰਦਾ ਤਾਂ ਬਾਲਕ ਰਾਮ ਨੂੰ ਕੋਰੀ ਮਰਮਲ ਦੀ ਚਿੱਟੀ ਪੱਗ ਮਿਲਦੀ। ਇਹ ਪੱਗ 15 ਦਿਨਾਂ ਵਿੱਚੋਂ ਮੈਲੀ ਚਿੱਕੜ ਹੋ ਜਾਂਦੀ ਅਤੇ ਬਾਲਕ ਰਾਮ ਸਾਰਾ ਦਿਨ ਦਰਵਾਜ਼ੇ ਦੇ ਵਿੱਚ ਆਪਣੀ ਮੁੰਜ ਦੀ ਪਲੂੰਗੜੀ 'ਤੇ ਬੈਠਾ ਕਲੀ ਪੀਂਦਾ। ਇੱਕ ਹੁੱਕਾ ਹੁੰਦਾ, ਇੱਕ ਕਲੀ ਹੁੰਦੀ ਹੈ ਛੋਟੀ। ਸੋ ਪਿੰਡ ਵਿੱਚ ਆਉਂਦੇ ਸਾਰੇ ਪ੍ਰਾਹੁਣਿਆਂ ਦੀ ਉਸਨੂੰ ਪਹਿਚਾਣ ਸੀ, ਕਿਉਂਕਿ ਬਹੁਤਿਆਂ ਦੇ ਫੇਰੇ ਉਸਨੇ ਹੀ ਪੜ੍ਹਾਏ ਸੀਗੇ। ਜਿਹੜੇ ਵੀ ਜਣੇ ਜੁਆਈ ਆਉਂਦੇ, ਜੀਜੇ ਆਉਂਦੇ, ਫੁੱਫੜ ਆਉਂਦੇ, ਅਤੇ ਉਹਨਾਂ ਤੋਂ ਬਹੁਤਾ ਵਾਕਫ ਸੀ। ਉਹਨਾਂ ਦੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਦਾ, ਉਹਨਾਂ ਦੇ ਅਗਲਿਆਂ ਪਿਛਲਿਆਂ ਦੀਆਂ ਖਬਰਾਂ ਲੈਂਦਾ, ਕਿਉਂਕਿ ਪ੍ਰੋਹਤ ਸੀ, ਫੇਰੇ ਵੀ ਪੜ੍ਹਾਏ ਸੀ। ਉਦੋਂ ਆਨੰਦ ਕਾਰਜ ਦਾ ਜ਼ਮਾਨਾ ਨਹੀਂ ਸੀ। ਪੰਡਿਤ ਬਾਲਕ ਰਾਮ ਦੇ ਸਭ ਤੋਂ ਵੱਡੇ ਪੁੱਤ ਦਾ ਨਾਂ ਸੀ ਜੋਤ ਰਾਮ, ਕਿਉਂਕਿ ਉਸ ਦੇ ਨਾਲ ਉਸਦੇ ਘਰ ਪਹਿਲੀ ਵਾਰੀ ਜੋਤ ਜਗੀ ਸੀ। ਸਭ ਤੋਂ ਛੋਟੇ ਪੁੱਤਰ ਦਾ ਨਾਂ ਸੀ ਪੂਰਨ ਚੰਦ। ਜਿਸ ਦਿਨ ਪੂਰਨ ਜੰਮਿਆ ਅਤੇ ਉਸ ਦਿਨ ਉਸਦਾ ਦਾਦਾ ਪੂਰਾ ਹੋਇਆ ਸੀ, ਬਾਲਕ ਦਾ ਪਿਤਾ। ਸੋ ਪਹਿਲੇ ਚਾਰ ਪੁੱਤਰਾਂ ਨੂੰ ਤਾਂ ਪਾਗਲਪਣ ਦਾ ਦੌੜਾ 15ਵੇਂ 16ਵੇਂ ਵਰ੍ਹੇ 'ਚ ਪੈਂਦਾ ਰਿਹਾ, ਪਰ ਪੂਰਨ ਚੰਦ ਜਮਾਂਦਰੂ ਹੀ ਗੂੰਗਾ ਅਤੇ ਪਾਗਲ ਸੀਗਾ। ਬਾਲਕ ਰਾਮ ਦੀ ਘਰਵਾਲੀ ਸੀ ਗਣੇਸ਼ੀ, ਬੜੀ ਸੋਧਣ ਸੀ। ਮਧਰੇ ਕੰਦ ਦੀ ਫੁੜਕੜੀ ਜਿਹੀ ਫੁੜਕੀ ਜਿਹੀ ਜਨਾਨੀ ਸੀ। ਉਹ ਸਾਰੇ ਘਰੇ ਹਿੰਦੇ ਲੈਂਦੀ ਅਤੇ ਆਪਣੇ ਜਜਮਾਨਾਂ ਤੋਂ ਰੋਟੀਆਂ ਇਕੱਠੀਆਂ ਕਰਦੀ। ਹਿੰਦੇ ਮੇਰਾ ਖਿਆਲ ਹੁੰਦੇ ਆ, ਸ਼ਾਇਦ ਉਹਨੂੰ ਕਹਿੰਦੇ ਹੋਣੇ ਆ, ਜਿਹੜਾ ਵੀ ਲਿਆ ਜਾਂਦਾ ਹੈ ਸਿੱਧਾ ਵਗੈਰਾ, ਹਿੰਦੇ ਲੈਣੇ। ਉਹ ਸਾਰੇ ਘਰ ਹਿੰਦੇ ਲੈਂਦੀ ਅਤੇ ਆਪਣੇ ਜਜਮਾਨਾਂ ਤੋਂ ਰੋਟੀਆਂ ਇਕੱਠੀਆਂ ਕਰਦੀ ਫਿਰਦੀ। ਅਤੇ ਪੰਜਾਂ ਪੁੱਤਾਂ ਨੂੰ ਉਸਨੇ ਜਜਮਾਨਾਂ ਦੇ ਨਿਉਤਿਆਂ ਅਤੇ ਸ਼ਰਾਧਾਂ ਦੇ ਆਸਰੇ ਹੀ ਪਾਲਿਆ ਸੀ। ਉਸਦਾ ਘਰ ਵਾਲਾ ਸਿਰਫ ਕਲੀ ਪੀਣ ਅਤੇ ਆਸ਼ੀਰਵਾਦ ਦੇਣ ਦਾ ਹੀ ਕੰਮ ਕਰਦਾ ਸੀ। ਇਸ ਪੰਡਿਤ ਦੀ ਪੰਡਤਾਣੀ ਗਣੇਸ਼ੀ ਨੇ ਸਾਰੀ ਉਮਰ ਖਰਾਸ ਅਤੇ ਆਟਾ ਨਹੀਂ ਸੀ ਪਿਸਵਾਇਆ, ਖੁਦ ਚੱਕੀ ਝੋਕ ਕੇ ਆਟਾ ਪੀਂਦੀ ਸੀ। ਪਿੰਡ ਦੇ ਖੂਹ ਤੋਂ ਮਹਿਰਿਆਂ ਦੇ ਹੱਥੋਂ ਪਾਣੀ ਵੀ ਨਹੀਂ ਸੀ ਲੈਂਦੀ ਕਦੇ। ਪਿੱਤਲ ਦਾ ਨਿੱਕਾ ਡੋਲ ਖੁਦ ਪਾਣੀ ਦਾ ਭਰਦੀ। ਉਹ ਉਸਦੀ ਮੰਗਵੇਂ ਰੱਥ ਦੇ ਵਿੱਚ ਜਦੋਂ ਦੀ ਉਹ ਮੰਗਵੇਂ ਰੱਥ ਦੇ ਵਿੱਚ ਬੈਠ ਕੇ ਵਿਆਹੀ ਆਈ ਸੀ, ਉਹ ਕਦੇ ਪਿੰਡੋਂ ਬਾਹਰ ਨਹੀਂ ਸੀਗੀ। ਅਤੇ ਉਸ ਦੀ ਵੱਧ ਤੋਂ ਵੱਧ ਮਾਰ ਦੇਵੀ ਵਾਲੇ ਜੰਡ ਤੱਕ ਸੀ, ਜਿੱਥੇ ਉਹ ਬਾਸੜੀ ਅਤੇ ਕਰੂਏ ਦੇ ਗੁਲਗਲਿਆਂ ਦਾ ਭੁੱਗਾ ਚੜ੍ਹਾਉਣ ਜਾਂਦੀ, ਯਾਨੀ ਉਹ ਉਦੋਂ ਬਾਹਰ ਨਹੀਂ ਸੀ ਗਈ। ਅਤੇ ਇਹ ਜਦੋਂ 70 ਸਾਲ ਦੀ ਹੋਈ ਤਾਂ ਉਸਨੇ ਅਰਧ ਕੁੰਬੀ ਦੀ ਯਾਤਰਾ ਦੀ ਇੱਛਾ ਪ੍ਰਗਟ ਕੀਤੀ ਕਿ ਅਰਧ ਕੁੰਬੀ ਦੀ ਯਾਤਰਾ ਮੈਂ ਕਰ ਲਾਂ। ਬਾਲਕ ਰਾਮ ਨੇ ਕਲੀ ਦਾ ਘੁੱਟ ਭਰਦਿਆਂ ਆਖਿਆ, 100 ਕੁੰਭਾਂ ਦਾ ਪੁੰਨ ਤਾਂ ਪਤੀ ਦੀ ਸੇਵਾ 'ਚ ਹੈ, ਕਮਲੀਏ ਹੁਣ ਤਾਂ ਇਕੱਠੇ ਹੀ ਇਸ਼ਨਾਨ ਕਰਾਂਗੇ, ਗਣੇਸ਼ੀ ਨੂੰ ਆਖਿਆ। ਗਣੇਸ਼ੀ ਨੇ ਭਗਵਾਨ ਦਾ ਸੁਨੇਹਾ ਸਮਝ ਕੇ ਦੜ ਵੱਟ ਲਈ। ਖੈਰ ਉਹ ਆਖਿਆ ਕਿ ਫਿਰ ਗਣੇਸ਼ੀ ਨੇ ਜਿੱਦ ਕੀਤੀ, ਆਪਣੇ ਗੱਭਰੂ ਪੁੱਤਾਂ ਅੱਗੇ ਵਾਸਤਾ ਪਾਇਆ। ਪੰਜੇ ਭਰਾਵਾਂ ਨੇ ਸਲਾਹ ਕਰਕੇ ਫਿਰ ਜੋਤ ਰਾਮ ਨੂੰ ਉਸ ਦੇ ਨਾਲ ਅੱਧੀ ਕੁੰਭ ਦੇ ਮੇਲੇ 'ਤੇ ਭੇਜ ਦਿੱਤਾ, ਕਿਉਂਕਿ ਪੰਡਿਤ ਬਾਲਕ ਰਾਮ ਨਹੀਂ ਗਿਆ ਅਤੇ ਖਾਸ ਕਰਕੇ ਗਣੇਸ਼ੀ ਦੀ ਇੱਛਾ ਸੀ। ਸੋ ਇਸ ਕਰਕੇ ਵੱਡਾ ਪੁੱਤ ਸੀ ਜੋਤ ਰਾਮ, ਉਸ ਦੇ ਨਾਲ ਉਹ ਅਰਧ ਕੁੰਭ ਹਰਿਦੁਆਰ ਚਲੀ ਗਈ। ਅਤੇ 7 ਦਿਨਾਂ ਦੇ ਵਿੱਚ ਜੋਤ ਰਾਮ ਹੱਥ ਝੜ ਕੇ ਹਰਿਦੁਆਰੋਂ ਖਾਲੀ ਪਰਤ ਆਇਆ ਅਤੇ ਰੋ ਰੋ ਕੇ ਪਿੰਡ 'ਚ ਉਸਨੇ ਦੁਹਾਈ ਪਾ ਦਿੱਤੀ ਕਿ ਬੇਬੇ ਤਾਂ ਖੋ ਗਈ, ਜਾਣੀ ਉਹ ਹਰਿਦੁਆਰ ਗਈ, ਉਸ ਨਾਲੋਂ ਵਿਛੜ ਗਈ।
ਬਾਲਕ ਰਾਮ ਦੇ ਮੂੰਹ ਦੇ ਵਿੱਚੋਂ ਨੜੀ ਛੁੱਟ ਗਈ ਕਲੀ ਦੀ। ਚਾਰੇ ਭਰਾਵਾਂ ਨੇ ਜੋਤ ਰਾਮ ਦੀ ਬੜੀ ਕੁਪੱਤ ਕੀਤੀ। ਸਭ ਤੋਂ ਜਿਹੜਾ ਛੋਟਾ ਸੀ ਗੂੰਗਾ ਪੂਰਨ, ਉਸਨੇ ਪਿੱਤਲ ਦਾ ਗਲਾਸ ਚੁੱਕ ਕੇ ਮਾਰਿਆ ਅਤੇ ਫਿਰ ਬੂਕਣ ਲੱਗਾ। ਬਾਲਕ ਰਾਮ ਨੇ ਹੁੰਦੇ ਸੁੰਦੇ ਇਹ ਪੰਜੇ ਪੁੱਤਰ ਯਤੀਮ ਹੋ ਗਏ। ਕਈ ਮਹੀਨੇ ਉਹਨਾਂ ਨੇ ਮਾਂ ਨੂੰ ਉਡੀਕਿਆ, ਪੁਲਿਸ ਰਿਪੋਰਟ ਵੀ ਲਿਖਾਈ, ਪਰ ਗਣੇਸ਼ੀ ਦਾ ਕੋਈ ਥਾਹ ਪਤਾ ਨਹੀਂ ਲੱਗਿਆ। ਅਖੀਰ ਉਹ ਸਬਰ ਕਰਕੇ ਬੈਠ ਗਏ ਕਿ ਉਹਨਾਂ ਦੀ 70 ਵਰ੍ਹਿਆਂ ਦੀ ਬੁੱਢੀ ਮਾਂ ਗੰਗਾ ਦੀ ਭੇਂਟ ਚੜ੍ਹ ਗਈ। ਬੰਤੂ ਸੁਨਿਆਰ ਨੇ ਆਖਿਆ, ਚਲੋ ਚੰਗਾ ਹੋਇਆ ਪਰੋਥਣੀ ਦੀ ਸੱਧਰ ਪੂਰੀ ਹੋ ਗਈ, ਜੇ ਇੱਥੇ ਮਰ ਜਾਂਦੀ ਉਸ 'ਤੇ ਫੁੱਲ ਕਿਹੜਾ ਕਿਸੇ ਨੇ ਗੰਗਾ ਲਿਜਾਣੇ ਸੀ। ਬੁੱਢੀ ਦੇ ਜਾਣ ਪਿੱਛੋਂ ਇਹਨਾਂ ਦਾ ਘਰ ਖਿੰਡ ਪੁੰਡ ਗਿਆ। ਨਾ ਕੋਈ ਝਾੜੀ ਦੂਣ ਵਾਲਾ, ਨਾ ਚੌਂਕਾ ਸਾਂਭਣ ਵਾਲਾ। ਪੰਜੇ ਭਰਾ ਰਲ ਕੇ ਰੋਟੀ ਪਕਾਉਂਦੇ, ਅੱਧ ਜਲੀਆਂ ਮੰਨੀਆਂ ਅਤੇ ਲੂਣ ਮਿਰਚ ਭੁੱਕ ਕੇ ਗੁਜ਼ਾਰਾ ਕਰਦੇ। ਚੁੱਲ੍ਹਾ ਝੋਕਣ ਲੱਗੇ, ਕਿਸੇ ਦੇ ਹੱਥ ਨੂੰ ਆਟਾ ਚੰਬੜਿਆ ਹੁੰਦਾ, ਕਿਸੇ ਦੇ ਸਿਰ 'ਤੇ ਸੁਆਹ ਪਈ ਹੁੰਦੀ। ਬਾਲਕ ਰਾਮ ਬੈਠਾ ਦਰਵਾਜ਼ੇ ਕਲੀ ਪੀਂਦਾ ਅਤੇ ਮੁੰਡਿਆਂ ਨੂੰ ਕੋਸਦਾ ਰਹਿੰਦਾ, ਜਿਨ੍ਹਾਂ ਨੇ ਉਸਦਾ ਘਰ ਉਜਾੜ ਦਿੱਤਾ ਸੀ। ਪਿੰਡ ਦੇ ਲੋਕ ਪੰਡਿਤ ਦੇ ਮੁੰਡਿਆਂ ਨੂੰ ਝੇਡਾਂ ਕਰਦੇ ਕਿ ਹੁਣ ਬੁੱਢੇ ਨੂੰ ਵਿਆਹ ਲਓ, ਕੋਈ ਨਵੀਂ ਮਾਂ ਲੈ ਆਓ। ਖੁੰਡਾਂ 'ਤੇ ਬੈਠੇ ਜੱਟ ਟਿੱਚਰਾਂ ਕਰਦੇ, ਪ੍ਰੋਹਤਾ ਤੂੰ ਤਾਂ ਸਾਰੇ ਪਿੰਡ ਦੇ ਫੇਰੇ ਕਰਾ ਤੇ, ਆਪਣੇ ਕਿਸੇ ਮੁੰਡੇ ਦੇ ਹੀ ਫੇਰੇ ਕਰਾ ਲੈ। ਅਤੇ ਤੀਵੇਂ ਵੀ ਕਈ ਵਾਰੀ ਮਸ਼ਕਰੀ ਕਰਦੀਆਂ, ਵਿਚਾਰੇ ਮੁੰਡੇ ਨੇਰੇ ਲੋਲੜ ਨੇ, ਘਰ ਵਿੱਚ ਤੀਵੀਂ ਹੋਵੇ ਤਾਂ ਪੱਕੀ ਪਕਾਈ ਮਿਲੇ, ਪਰ ਕੁੜੀ ਕੌਣ ਦੇਵੇ ਪੰਡਿਤ ਨੂੰ ਜਾਂ ਉਹਦੇ ਪੁੱਤਰਾਂ ਨੂੰ। ਇੱਕ ਦਿਨ ਲੋਕਾਂ ਨੇ ਦੇਖਿਆ ਕਿ ਬ੍ਰਾਹਮਣਾਂ ਦੇ ਚੌਂਕੇ ਦੇ ਵਿੱਚ ਪੱਕੀ ਉਮਰ ਦੀ ਇੱਕ ਨਿੱਗਰ ਸਰੀਰ ਵਾਲੀ ਤੀਵੀਂ ਫੁੱਲ ਕੇ ਰਲ ਰਹੀ ਆ, ਅਤੇ ਪੰਜੇ ਭਰਾ ਅਤੇ ਬਾਲਕ ਰਾਮ ਬੈਠੇ ਦਾਲ ਨਾਲ ਰੋਟੀ ਖਾ ਰਹੇ ਨੇ। ਪਿੰਡ ਦੇ ਕਿਸੇ ਵੀ ਬੰਦੇ ਨੇ ਇਹ ਸਵਾਲ ਨਹੀਂ ਪੁੱਛਿਆ ਕਿ ਉਹ ਤੀਵੀਂ ਕਿੱਥੋਂ ਲਿਆਏ, ਸਗੋਂ ਸਭਨਾਂ ਨੇ ਹਮਦਰਦੀ ਪ੍ਰਗਟਾਈ ਕਿ ਸ਼ੁਕਰ ਹੈ ਵਿਚਾਰੇ ਬ੍ਰਾਹਮਣਾਂ ਦਾ ਘਰ ਵਸਿਆ। ਛੇਤੀ ਸਾਰੇ ਹੀ ਪਿੰਡ 'ਚ ਇਸ ਗੱਲ ਦਾ ਪਤਾ ਲੱਗ ਗਿਆ ਕਿ ਗਣੇਸ਼ੀ ਦੇ ਖੋਏ ਜਾਣ ਪਿੱਛੋਂ ਉਸ ਦੇ ਪੁੱਤਰਾਂ ਨੇ ਪੁਰਾਣੇ ਸੰਦੂਕ ਅਤੇ ਪਟਿਆਰ ਨੂੰ ਫਰੋਲਿਆ। ਇਹਦੇ ਵਿੱਚੋਂ ਜੋ ਟੂਮ ਛੱਲਾ ਅਤੇ ਨਕਦੀ ਮਿਲੀ, ਉਸ ਨਾਲ ਉਹ ਬੀਕਾਨੇਰ ਦੇ ਇਲਾਕੇ 'ਚੋਂ ਇੱਕ ਬਾਂਗਰੋ ਮੁੱਲ ਲੈ ਆਏ। ਬਾਂਗਰ ਦੀ ਔਰਤ ਮਤਲਬ। ਇਸ ਬਾਂਗਰੋ ਦੇ ਮੱਥੇ 'ਤੇ ਚਾਂਦੀ ਦਾ ਲੋਟਣ ਅਤੇ ਪੈਰੀਂ ਬਾਂਕਾਂ ਪਾਈਆਂ ਹੋਈਆਂ ਸਨ, ਰੰਗ ਤਪੇ ਹੋਏ ਤਾਂਬੇ ਵਰਗਾ ਅਤੇ ਗੱਲਾਂ ਉੱਤੇ ਸ਼ਾਹੀਆਂ ਅਤੇ ਅੰਗ ਸਡੋਲ, ਅਤੇ ਉਸ ਦੀ ਸ਼ਕਲ ਵਿੱਚ ਉਹ ਇੱਕ ਮਜ਼ਬੂਤ ਅਤੇ ਅੱਖੜ ਕਸ਼ਸ਼ ਸੀ ਅਤੇ ਉਸ ਦਾ ਨਾਂ ਸੀ ਦਾਨੋ। ਦਾਨੋ 8-10 ਦਿਨਾਂ ਦੇ ਅੰਦਰ ਹੀ ਘਰ ਦੇ ਵਿੱਚ ਰਚ ਮਿਚ ਗਈ। ਉਸ ਦੀ ਸ਼ਖਸੀਅਤ ਦੇ ਦਬਦਬੇ ਦੇ ਨਾਲ ਘਰ ਦੇ ਵਿੱਚ ਸਫਾਈ ਦਾ ਉਤਸ਼ਾਹ ਜਾਗ ਪਿਆ ਅਤੇ ਪੰਜੇ ਭਰਾ ਮੂਹਰੇ ਹੋ ਕੇ ਕੰਮ ਕਰਨ ਲੱਗੇ। ਖਸਤਾ ਘਰ ਨੂੰ ਸਭ ਨੇ ਰਲ ਕੇ ਲਿਪਿਆ ਪੋਚਿਆ। ਸਾਰੇ ਭਰਾ ਦਾਨੋ ਦੇ ਆਕਰਸ਼ਣ ਨਾਲ ਸਿੱਧੇ ਹੋ ਗਏ। ਹਰ ਇੱਕ ਇਹੋ ਸਮਝਦਾ ਸੀ ਕਿ ਉਹ ਆਪਣੀ ਘਰਵਾਲੀ ਲਈ ਕੰਮ ਕਰ ਰਿਹਾ, ਅਤੇ ਦਾਨੋ ਦੇ ਵਿੱਚ ਇਸਤਰੀ ਦੀ ਆਦ ਸ਼ਕਤੀ ਸੀ ਅਤੇ ਉਸਨੇ ਪੰਜਾਂ ਭਰਾਵਾਂ ਦੇ ਵੇਗ ਨੂੰ ਨੱਥ ਲਿਆ ਸੀ। ਬਾਲਕ ਰਾਮ ਦੇ ਵਿੱਚ ਵੀ ਵਧੇਰੇ ਫੁਰਤੀ ਆ ਗਈ। ਉਹ ਹੁਣ ਦਿਨ ਦੇ ਵਿੱਚ 3 ਵਾਰੀ ਕਲੀ ਦਾ ਪਾਣੀ ਬਦਲਦਾ, ਕਲੀ ਹੋਕਾ ਪੀਣ ਵਾਲਾ ਜਣੇ। ਬਾਲਕ ਰਾਮ ਨੇ ਟਿੱਬਿਆਂ ਦੇ ਉੱਤੇ 200 ਵਿਘੇ ਜ਼ਮੀਨ ਸੂਬੇਦਾਰ ਤੋਂ ਵਟਾਈ 'ਤੇ ਲੈ ਲਈ ਅਤੇ ਆਪਣੇ ਪੰਜੇ ਪੁੱਤਰਾਂ ਨੂੰ ਉਸਨੇ ਵਾਹੀ ਕਰਨ ਲਈ ਆਖਿਆ। ਸਾਰੇ ਪਿੰਡ ਨੇ ਮਖੌਲ ਉਡਾਇਆ ਕਿ ਇੱਥੇ ਤਾਂ ਕਦੇ ਕੁਛ ਉੱਗਿਆ ਨਹੀਂ, ਅਤੇ ਸੂਬੇਦਾਰ ਦੇ ਟਿੱਬੇ 'ਚੋਂ ਤੁਸੀਂ ਕੀ ਕੱਢ ਲਓਗੇ ਪਿੰਡ ਤੋਂ। ਅਤੇ ਇਹਨਾਂ ਟਿੱਬਿਆਂ ਦੇ ਲਾਗੇ ਇੱਕ ਥੇਹ ਸੀ ਜਿੱਥੇ ਰਾਤ ਵੇਲੇ ਗਿੱਦੜ ਬੋਲਦੇ ਸਨ। ਸੋ ਪੰਜੇ ਬ੍ਰਾਹਮਣ ਭਰਾਵਾਂ ਨੇ ਕਮਲ ਜੁੱਟ ਵਿੱਚ ਮਿਹਨਤ ਕੀਤੀ। ਰੱਬ ਦੀ ਕਰਨੀ ਹੋਈ ਕਿ ਉਸ ਸਾਲ ਮੀਂਹ ਬਹੁਤ ਪਏ, ਟਿੱਬੇ ਸੀ, ਨਹਿਰੀ ਖੇਤਾਂ 'ਚ ਹੜ੍ਹ ਆ ਕੇ ਫਸਲਾਂ ਮਾਰੀਆਂ ਗਈਆਂ, ਪਰ ਇਸ ਟਿੱਬੇ ਦੇ ਭਾਗ ਜਾਗ ਪਏ। 92 ਸੀਗਾ ਅੰਤਾਂ ਦੀ ਮੁਖਫਲੀ ਅਤੇ ਬਾਜਰਾ ਉੱਗ ਗਿਆ ਜੋ ਬਾਹਮਣਾਂ ਤੋਂ ਸਾਹਮਣਾ ਹੋਇਆ। ਜੋ ਲੋਕ ਟਿੱਚਰਾਂ ਕਰਦੇ ਸਨ ਉਹ ਆਖਣ ਲੱਗੇ, ਇਹ ਤਾਂ ਤੀਵੀਂ ਦਾਨੋ ਦੀ ਭਾਗ ਹੈ, ਭਾਗਾਂ ਵਾਲੀ ਹੈ, ਕਮਲੇ ਬਾਹਮਣਾਂ ਦੇ ਘਰ ਲੱਛਮੀ ਆ ਗਈ ਹੈ। ਕਈ ਰੜਕ ਨਾਲ ਆਖਦੇ, ਇਹਨਾਂ ਸਿਧਰਿਆਂ ਤੋਂ ਕਿਹੜਾ ਸਾਂਭ ਆਉਣੀ ਹੈ। ਕਈ ਲੋਕਾਂ ਦੀ ਈਰਖਾ ਅਤੇ ਜਕੜਾਂ ਦੇ ਬਾਵਜੂਦ ਆਖਰ ਦਾਨੋ ਨੇ ਸਿਆਣਪ ਨਾਲ ਕੱਚੇ ਕੋਠੇ ਦੀ ਥਾਂ ਪੱਕਾ ਘਰ ਬਣਾ ਲਿਆ।
ਖੁਰਲੀ ਉੱਤੇ ਮੱਝਾਂ ਅਤੇ ਵਿਹੜੇ ਦੇ ਵਿੱਚ ਊਠ ਲਿਆ ਕੇ ਬੰਨ੍ਹ ਲਿਆ। ਟਿੱਬਿਆਂ ਵਾਲੇ ਖੇਤ ਦੇ ਵਿੱਚੋਂ ਉਹਨਾਂ ਨੇ 20 ਵਿਘੇ ਜ਼ਮੀਨ ਸੂਬੇਦਾਰ ਤੋਂ ਖਰੀਦ ਲਈ ਅਤੇ ਉੱਥੇ ਹੀ ਕੋਠਾ ਛੱਤ ਲਿਆ। ਚਾਰੇ ਭਰਾ ਖੇਤ ਰਹਿੰਦੇ ਅਤੇ ਇੱਕ ਜਣਾ ਵਾਰੀ ਸਿਰ ਘਰ ਰਹਿੰਦਾ। ਮਤਲਬ ਹੁਣ ਸਸਪੈਂਸ ਵੇਖੋ, ਜਾਣੀ ਲੋਕ ਸਮਝਦੇ ਸੀ ਕਿ ਇਹਨਾਂ ਨੇ ਜਾਣੀ ਵਿਆਹ ਤਾਂ ਪਤਾ ਨਹੀਂ ਕਿਹਦਾ ਹੋਇਆ, ਜਾਣੀ ਉਹ ਪੰਜੇ ਹੀ ਆਪਣੇ ਆਪ ਨੂੰ ਐਂ ਸਮਝਦੇ ਸੀ ਜਾਣੀ ਦਾਨੋ ਉਹਨਾਂ ਦੀ ਘਰ ਵਾਲੀ ਆ। ਕਹਾਣੀ ਅੱਗੇ ਜਾ ਕੇ ਨਿਕਲੂਗੀ। ਜਾਣੀ ਵਾਰੀ ਸਿਰ ਇੱਕ ਵਿਅਕਤੀ ਸਿਰਫ ਘਰੇ ਰਹਿੰਦਾ ਅਤੇ ਚਾਰੇ ਭਰਾ ਖੇਤ ਰਹਿੰਦੇ ਵਾਰੀ ਵਾਰੀ, ਅਤੇ ਫਿਰ ਦੂਜਾ ਘਰੇ ਰਹਿੰਦਾ ਅਤੇ ਦੂਜੇ ਖੇਤ ਰਹਿੰਦੇ। ਇਹ ਕੰਪਰੋਮਾਈਜ਼ ਜਾਣੀ ਕਿ, ਅਤੇ ਜਿਹੜਾ ਬਾਲਕ ਰਾਮ ਸੀ ਬਜ਼ੁਰਗ, ਉਹ ਦਰਵਾਜ਼ੇ ਬੈਠਾ ਕਾਲੀ ਪੀਂਦਾ ਰਹਿੰਦਾ, ਜਦੋਂ ਜੀ ਕਰਦਾ ਘਰੇ ਗੇੜਾ ਮਾਰਦਾ। ਖੈਰ ਪੰਜੇ ਭਰਾਵਾਂ ਨੇ ਸੋਚਿਆ, ਖੈਰ ਬਾਲਕ ਰਾਮ ਨੇ ਆਪਣੇ ਪੰਜੇ ਪੁੱਤਾਂ ਦੀਆਂ ਜਨਮ ਪੱਤਰੀਆਂ ਵਾਚ ਕੇ ਹਿਸਾਬ ਲਾਉਂਦਾ ਕਿ ਵਿਘਨ ਕਿੱਥੇ ਪੈਂਦਾ। ਅਖੀਰ ਉਹਨਾਂ ਨੇ ਇਸ ਗ੍ਰਹਿ ਨੂੰ ਟਾਲਣ ਦਾ ਉਪਾਅ ਕੀਤਾ ਕਿ ਦਾਨੋ ਨੂੰ ਕੱਤਕ ਦੀ ਪੂਰਨਮਾਸ਼ੀ ਉੱਤੇ ਗੰਗਾ ਇਸ਼ਨਾਨ ਕਰਨ ਜਾਣਾ ਚਾਹੀਦਾ, ਜਾਣੀ ਬੱਚੇ ਵਾਸਤੇ ਵਿਘਨ ਪੈਂਦਾ ਸੀਗਾ। ਖੈਰ ਪੰਜਾਂ ਭਰਾਵਾਂ ਨੇ ਸੋਚਿਆ ਕਿ ਜੇ ਜੋਤ ਰਾਮ ਗਿਆ ਤਾਂ ਉਸਨੇ ਪੂਰੀ ਪਾ ਕੇ ਨਹੀਂ ਮੁੜਨਾ, ਕਿਉਂਕਿ ਪਹਿਲਾਂ ਵੀ ਆਪਣੀ ਮਾਈ ਨੂੰ ਗਣੇਸ਼ੀ ਨੂੰ ਗਵਾਇਆ ਆ। ਸੋ ਸਭਨਾਂ ਤੋਂ ਛੋਟੇ ਗੂੰਗੇ ਪੂਰਨ ਨੂੰ ਆਪਣੀ ਸੁਰਤ ਹੀ ਨਹੀਂ ਸੀ ਅਤੇ ਬਾਕੀ ਤਿੰਨ ਆਪਸ 'ਚ ਲੜਨ ਲੱਗੇ। ਹਰ ਕੋਈ ਚਾਹੁੰਦਾ ਸੀ ਕਿ ਟੋਰਾ ਛੱਡ ਕੇ ਅਤੇ ਦੁਖੱਲੀ ਜੁੱਤੀ ਪਾ ਕੇ ਦਾਨੋ ਦੇ ਮੂਹਰੇ ਮੂਹਰੇ ਉਹ ਤੁਰੇ, ਉਸ ਨੂੰ ਹਰਿਦੁਆਰ ਨਵਾਉਣ। ਅਤੇ ਜਦੋਂ ਪੰਜੇ ਆਪਸ ਦੇ ਵਿੱਚ ਉਲਝ ਗਏ ਤਾਂ ਗੂੰਗਾ ਪੂਰਨ ਧਰਤੀ 'ਤੇ ਬੈਠ ਕੇ ਪਿੱਟਣ ਲੱਗ ਪਿਆ। ਉਸਨੇ ਆਊਂ ਆਊਂ ਕੀਤਾ ਅਤੇ ਦਰਵਾਜ਼ੇ ਵੱਲ ਸੈਣਤ ਮਾਰੀ, ਜਿੱਥੇ ਉਹਨਾਂ ਦਾ ਪਿਤਾ ਬਾਲਕ ਰਾਮ ਪੰਘੂੜੀ 'ਤੇ ਬੈਠਾ ਕਲੀ ਪੀ ਰਿਹਾ ਸੀਗਾ, ਪਲੂੰਗੜੀ 'ਤੇ ਬੈਠਾ, ਅਤੇ ਉਸਦੀਆਂ ਚਿੱਬ ਖੜਿਬੀਆਂ ਦੰਦਲਾਂ ਅਤੇ ਗਿੱਦੜ ਕੂਕਾਂ ਤੋਂ ਭਰਾਵਾਂ ਨੇ ਸਮਝ ਲਿਆ ਕਿ ਉਹ ਆਖ ਰਿਹਾ ਬਾਪੂ ਬਾਪੂ। ਜਾਣੀ ਕਿ ਉਹ ਤਿੰਨਾਂ 'ਚੋਂ, ਕਿਉਂਕਿ ਪਹਿਲੇ ਨੂੰ ਤਾਂ ਭੇਜਣਾ ਨਹੀਂ ਸੀ ਚਾਹੁੰਦੇ, ਛੋਟਾ ਜਾ ਨਹੀਂ ਸੀ ਸਕਦਾ, ਅਤੇ ਤਿੰਨੇ ਆਪਸ 'ਚ ਖੇਬੜ ਰਹੇ ਸੀ। ਉਹ ਕਹਿੰਦਾ ਸੀ ਮੈਂ ਹਰਿਦੁਆਰ ਲੈ ਕੇ ਜਾਊਂ ਇਹਨੂੰ ਨਵਾਉਣ, ਉਹ ਕਹਿੰਦਾ ਮੈਂ। ਅਤੇ ਆਖਰ ਉਸ ਗੂੰਗੇ ਦੀਆਂ ਗੱਲਾਂ ਸੁਣ ਕੇ ਉਹਨਾਂ ਨੇ ਸੋਚ ਲਿਆ ਕਿ ਇਹ ਕਹਿੰਦਾ ਬਾਪੂ। ਉਹ ਰਾਜ਼ੀ ਹੋ ਗਏ ਕਿ ਸਭ ਨੇ ਬਾਲਕ ਰਾਮ ਨੂੰ ਦਾਨੋ ਦੇ ਨਾਲ ਤੀਰਥ ਇਸ਼ਨਾਨ ਅਤੇ ਗੰਗਾ ਨਹਾਉਣ ਲਈ ਭੇਜ ਦਿੱਤਾ ਤਾਂ ਜੋ ਕਿਰਪਾ ਹੋ ਜਾਵੇ, ਜਾਣੀ ਕਿ ਬੱਚਾ ਹੋ ਜਾਵੇ। ਖੈਰ ਦਾਨੋ ਨੇ ਰਸਤੇ ਵਿੱਚ ਖਾਣ ਲਈ ਮਿੱਠੇ ਪਰੌਂਠੇ ਅਤੇ ਗਲਗਲ ਦਾ ਚਾਰ ਬੰਨ ਲਿਆ, ਅਤੇ ਬਾਲਕ ਰਾਮ ਨੇ ਨਵੀਂ ਚਿੱਟੀ ਪੱਗ ਅਤੇ ਲਾਲ ਕਰਨੀ ਵਾਲੀ ਧੋਤੀ ਬੰਨ੍ਹੀ, ਅਤੇ ਮੁੰਡਿਆਂ ਦੀਆਂ ਕੁੰਡਲੀਆਂ ਉਸਨੇ ਪਰਨੇ 'ਚ ਵਲੇਟੀਆਂ, ਅਤੇ ਆਪਣੀ ਕਲੀ ਅਤੇ ਤੰਬਾਕੂ ਵਾਲੀ ਗੁਥਲੀ ਸਾਂਭੀ, ਅਤੇ ਉਸਨੇ ਮੁੰਡਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਦਾਨੋ ਨੂੰ ਇਸ਼ਨਾਨ ਕਰਾਉਣ ਲਈ ਹਰਿਦੁਆਰ ਤੁਰਪ ਗਿਆ। ਅਤੇ 6ਵੇਂ ਦਿਨ ਉਹ ਜਦੋਂ ਵਾਪਸ ਮੁੜੇ ਤਾਂ ਦਾਨੋ ਹਰ ਕੀ ਪੌੜੀ ਦੇ ਜਲ ਦੀ ਗਾਗਰ, ਖਿੱਲਾਂ, ਪਤਾਸੇ ਅਤੇ ਪਾਗੀ ਹੋਈ ਤਿੱਲੀ ਪ੍ਰਸ਼ਾਦ ਵਜੋਂ ਲਾਏ। ਉਸੇ ਸ਼ਾਮ ਉਸਨੇ ਖੀਰਨੀ ਅਤੇ ਆਂਢੀਆਂ ਗੁਆਂਢੀਆਂ ਨੂੰ ਪ੍ਰਸ਼ਾਦ ਵੰਡਿਆ। ਅਗਲੀ ਭਾਦੋਂ ਦਾਨੋ ਦੇ ਪੁੱਤ ਜੰਮਿਆ, ਪੰਜੇ ਭਰਾ ਖੁਸ਼ ਸਨ। ਹੁਣ ਬਾਲਕ ਰਾਮ ਦਰਵਾਜ਼ੇ ਦੇ ਵਿੱਚ ਬੈਠਾ ਨਿਰਾ ਕਲੀ ਪੀ ਪੀ ਕੇ ਲੋਕਾਂ ਨੂੰ ਆਸ਼ੀਰਵਾਦ ਦੇਣ ਦੇ ਵਿੱਚ ਹੀ ਦਿਨ ਨਹੀਂ ਸੀ ਲੰਘਾਉਂਦਾ, ਸਗੋਂ ਆਪਣੇ ਘਰ ਨਵੇਂ ਜੰਮੇ ਬੱਚੇ ਨੂੰ ਵੀ ਚਾਚ ਨਾਲ ਬਿਠਾ ਕੇ ਦਰਵਾਜ਼ੇ 'ਚ ਖੜਾਉਂਦਾ। ਪਲੂੰਗੜੀ ਉੱਤੇ ਬੈਠੇ ਨੂੰ ਹੀ ਦਾਨੋ ਰੋਟੀ ਦੀ ਥਾਲੀ ਫੜਾ ਆਉਂਦੀ। ਜਦੋਂ ਇਹ ਦਾਨੋ ਦਾ ਪੁੱਤ 5 ਸਾਲਾਂ ਦਾ ਹੋਇਆ ਤਾਂ ਬੁੱਢੇ ਬਾਲਕ ਰਾਮ ਨੇ ਬੰਤੂ ਸੁਨਿਆਰ ਤੋਂ ਉਸ ਲਈ ਸੋਨੇ ਦੀਆਂ ਨੱਤੀਆਂ ਕਢਾ ਦਿੱਤੀਆਂ ਅਤੇ ਦਾਨੋ ਨੇ ਸ਼ੀਰਨੀ ਵੰਡੀ। ਪੰਜਾਂ ਭਰਾਵਾਂ ਨੇ ਰਲ ਕੇ ਮੁੰਡੇ ਦਾ ਨਾਂ ਰੱਖਣ ਦੀ ਸਲਾਹ ਕੀਤੀ ਪਰ ਕਿਸੇ ਨਾਂ 'ਤੇ ਫੈਸਲਾ ਨਾ ਹੋ ਸਕਿਆ। ਉਸੇ ਸਾਲ ਬਾਲਕ ਰਾਮ ਸਰਦੀਆਂ 'ਚ ਬਿਮਾਰ ਪੈ ਗਿਆ ਅਤੇ ਬਿਰਧ ਸਰੀਰ ਸੀ। ਇੱਕ ਵਾਰੀ ਮੰਜੀ 'ਤੇ ਪਿਆ ਤਾਂ ਬਾਲਕ ਰਾਮ ਨਾ ਉੱਠਿਆ। ਪੰਜੇ ਪੁੱਤਰਾਂ ਨੇ ਬੁੱਢੇ ਦੀ ਬਹੁਤ ਸੇਵਾ ਕੀਤੀ, ਦਵਾ ਦਾਰੂ 'ਚ ਕੋਈ ਕਸਰ ਨਾ ਛੱਡੀ, ਬਥੇਰੇ ਲੇਪ ਕੀਤੇ, ਕਾੜੇ ਪਿਆਏ, ਦੁਸ਼ਾਂਦਾ ਚਾੜਿਆ, ਪਰ ਬਾਲਕ ਰਾਮ ਦੀ ਸਿਹਤ ਸੁਧਰਨ ਦੀ ਬਜਾਏ ਵਿਗੜਦੀ ਗਈ। ਇੱਕ ਠੰਡ ਦਾ ਮਹੀਨਾ ਅਤੇ ਦੂਸਰਾ ਕਲੀ ਪੀਣ ਦੀ ਆਦਤ।
ਅਤੇ ਇਸ ਦੌਰਾਨ ਬਾਲਕ ਰਾਮ ਦੀ ਹਾਲਤ ਬਦਤਰ ਹੋ ਗਈ। ਪਿੰਡ ਦੇ ਸਿਆਣੇ ਅਤੇ ਬੁੱਢੀਆਂ ਉਸਦੇ ਸਿਰਹਾਣੇ ਆ ਜੁੜੇ। ਉਸ ਦੀਆਂ ਨਬਜ਼ਾਂ ਛੁੱਟਦੀਆਂ ਵੇਖ ਕੇ ਨੰਬਰਦਾਰ ਨੇ ਪੁੱਛਿਆ, ਪਰੋਤਾ ਮੁੰਡਿਆਂ ਦੀ ਖਾਤਰ ਕੋਈ ਗੱਲ ਕਹਿਣੀ ਹੈ? ਜਾਣੀ ਉਹ ਹੁੰਦਾ ਨਾ ਪਿੰਡ 'ਚ ਕਿ ਭਾਈ ਬਜ਼ੁਰਗ ਦੀ ਵਸੀਅਤ ਅੱਗੇ ਜਵਾਨੀ ਗੁਲਾਮੀ ਹੁੰਦੀ ਸੀਗੀ ਕਿ ਨੰਬਰਦਾਰ ਕਹਿੰਦਾ ਪੰਡਤਾ ਮੁੰਡਿਆਂ ਦੀ ਖਾਤਰ ਕੋਈ ਆਖਰੀ ਗੱਲ ਕਹਿਣੀ ਹੈ? ਅਤੇ ਬਾਲਕ ਰਾਮ ਨੇ ਫੁੱਲੀ ਹੋਈ ਜੀਭ ਫੇਰੀ ਅਤੇ ਉਖੜਵੇਂ ਸਾਹ ਦੇ ਵਿੱਚ ਆਖਿਆ, ਭਾਈ ਵੱਡੇ ਮੁੰਡੇ ਤਾਂ ਸਾਰੇ ਉਡਾਰ ਨੇ, ਮੈਨੂੰ ਤਾਂ ਛੋਟੇ ਦਾ ਫਿਕਰ ਹੈ ਅਤੇ ਟਿੱਬਿਆਂ ਵਾਲਾ ਖੇਤ ਅਤੇ ਇਹ ਘਰ ਮੈਂ ਛੋਟੇ ਪੁੱਤ ਦੇ ਨਾਂ ਕਰਦਾ। ਜਾਣੀ ਜਿਹੜੇ ਉਹਨਾਂ ਨੇ 20 ਵਿਘੇ ਲਈ ਸੀਗੀ ਟਿੱਬਿਆਂ ਵਾਲਾ ਖੇਤ ਅਤੇ ਇਹ ਘਰ ਮੈਂ ਛੋਟੇ ਪੁੱਤ ਦੇ ਨਾਂ ਕਰਦਾ। ਕੋਲ ਬੈਠੇ ਹਟਵਾਣੀ ਨੇ ਪੱਕੇ ਕਾਗਜ਼ 'ਤੇ ਬਾਲਕ ਰਾਮ ਪੰਡਿਤ ਦੀ ਅੰਤਿਮ ਇੱਛਾ ਲਿਖ ਦਿੱਤੀ। ਬਾਲਕ ਰਾਮ ਇਸ ਤੋਂ ਅੱਗੇ ਕੁਝ ਨਾ ਬੋਲਿਆ। ਨੰਬਰਦਾਰ ਨੇ ਝਟਪਟ ਉਸ ਦਾ ਅੰਗੂਠਾ ਲਵਾਇਆ ਅਤੇ ਛੇਤੀ ਹੀ ਬਾਲਕ ਰਾਮ ਨੂੰ ਮੰਜੀ ਤੋਂ ਲਾ ਲਿਆ ਅੰਗੂਠਾ ਲਵਾ ਕੇ। ਉਸ ਵੇਲੇ ਬਾਲਕ ਰਾਮ ਨੇ ਪ੍ਰਾਣ ਤਿਆਗ ਦਿੱਤੇ ਅਤੇ ਨੰਬਰਦਾਰ ਨੇ ਵਾਹਿਗੁਰੂ ਆਖਿਆ ਅਤੇ ਸਾਰਿਆਂ ਨੂੰ ਧੀਰਜ ਬਣਾਇਆ। ਹਟਵਾਣੀਏ ਨੇ ਪੋਲੇ ਜੇ ਆਖਿਆ, ਨੰਬਰਦਾਰਾ ਪੁਰੋਹਿਤ ਨੇ ਕਿਸੇ ਮੁੰਡੇ ਦਾ ਨਾਂ ਤਾਂ ਲਿਖਵਾਇਆ ਨਹੀਂ, ਸਿਰਫ ਇਹੀ ਆਖਿਆ ਕਿ ਛੋਟਾ ਪੁੱਤ। ਨੰਬਰਦਾਰ ਨੇ ਉੱਤਰ ਦਿੱਤਾ, ਸਾਰੇ ਪੁੱਤਾਂ ਦਾ ਨਾਂ ਸਭ ਨੂੰ ਪਤਾ ਪਿੰਡ ਦੇ ਵਿੱਚ। ਅਤੇ ਚਲੋ ਗੱਲ ਆਈ ਗਈ ਹੋਗੀ। ਨੰਬਰਦਾਰ ਅਤੇ ਬਾਣੀ ਦੀ ਘੁਸਰ ਮੁਰ ਸੁਣ ਕੇ ਦਾਨੋ ਘੁੰਡ 'ਚੋਂ ਬੋਲੀ, ਬਾਬਾ ਜੀ ਤੁਸੀਂ ਇਸ ਗੱਲ ਨੂੰ ਹਾਲੇ ਇੱਥੇ ਹੀ ਰਹਿਣ ਦਿਓ, ਸੰਸਕਾਰ ਤੋਂ ਬਾਅਦ ਸੋਚਾਂਗੇ ਭੋਗ ਤੋਂ। ਦਾਨੋ ਦੀ ਚੇਤਾਵਨੀ ਸੁਣ ਕੇ ਨੰਬਰਦਾਰ ਅਤੇ ਬਾਣੀਆਂ ਵੀ ਚੁੱਪ ਹੋ ਗਏ ਕਿ ਕਿਹੜੇ ਮੁੰਡੇ ਦੇ ਨਾਂ ਕੀਤੀ ਹੈ ਜਾਇਦਾਦ। ਬਾਲਕ ਰਾਮ ਦਾ ਹਾਲੇ ਸਵਾ ਵੀ ਠੰਡਾ ਨਹੀਂ ਸੀ ਹੋਇਆ ਕਿ ਕੂਹਣੀ ਮਾਰਾ ਨੇ ਉਸਦੇ ਛੋਟੇ ਪੁੱਤਰ ਗੂੰਗੇ ਨੂੰ ਭੜਕਾ ਦਿੱਤਾ। ਪੰਜੇ ਭਰਾਵਾਂ 'ਚ ਡਾਂਗ ਖੜਕ ਗਈ। ਆਂਢੀ ਗੁਆਂਢੀ ਦੋ ਧਿਰਾਂ 'ਚ ਵੰਡੇ ਗਏ। ਤੀਵੀਆਂ ਤਾਂ ਵਿਚਾਰੇ ਗੂੰਗੇ ਦਾ ਪੱਖ ਪੂਰਦੀਆਂ ਸੀ ਕਿ ਭਾਈ ਇਹਦਾ ਨਹੀਂ ਕੁਛ ਬਣਨਾ, ਅਤੇ ਉਹ ਤਾਂ ਪੰਡਿਤ ਤਾਂ ਗੂੰਗੇ ਦੇ ਨਾਂ ਲਵਾ ਕੇ ਗਿਆ ਸਾਰਾ ਕੁਛ। ਪਰ ਕੁਝ ਬੰਦੇ ਆਖਦੇ ਕਿ ਮਰਨ ਲੱਗਿਆਂ ਬਾਲਕ ਰਾਮ ਦੀ ਸੁਰਤ ਟਿਕਾਣੇ ਨਹੀਂ ਸੀ, ਉਹ ਤਾਂ ਚਾਰ ਵੱਡੇ ਪੁੱਤਰਾਂ ਨੂੰ ਬੇਦਾਵਾ ਲਿਖ ਗਿਆ, ਇਹ ਵੀ ਜਾਇਜ਼ ਨਹੀਂ ਹੈ। ਅਤੇ ਵਿਹੜੇ ਵਿੱਚ ਜਦੋਂ ਪੰਜੇ ਭਰਾ ਝਗੜਨ ਲੱਗੇ ਤਾਂ ਗੂੰਗਾ ਝਾਈਆਂ ਲੈ ਆਇਆ। ਤਾਂ ਦਾਨੋ ਨੇ ਉਸਨੂੰ ਆਖਿਆ ਕਿ 4-5 ਦਿਨ ਹੋਰ ਸਬਰ ਕਰੋ, ਸਾਰਾ ਨਿਬੇੜਾ ਹੋ ਜਾਏਗਾ। ਪਰ ਹਟਵਾਣੀ ਅਤੇ ਨੰਬਰਦਾਰ ਦੀ ਜੋ ਗਵਾਹੀ ਸੀ ਸ਼ਹਾਦਤ ਸੀ ਅਤੇ ਵਸੀਅਤ ਉੱਤੇ ਲੱਗਾ ਅੰਗੂਠਾ ਇਹੋ ਸਾਬਤ ਕਰਦਾ ਸੀ ਕਿ ਜ਼ਮੀਨ ਅਤੇ ਘਰ ਗੂੰਗੇ ਪੂਰਨ ਦੀ ਮਲਕੀਅਤ ਹੈ ਛੋਟੇ ਮੁੰਡੇ ਦੀ। ਅਤੇ ਦਾਨੋ ਨੇ ਫਿਰ ਸਭ ਤੋਂ ਵੱਡੇ ਜੋਤ ਰਾਮ ਨੂੰ ਆਖਿਆ ਕਿ ਉਹ ਹਰਿਦੁਆਰ ਜਾ ਕੇ ਆਪਣੇ ਬਾਪੂ ਦੇ ਫੁੱਲ ਪਾ ਆਵੇ ਅਤੇ ਉੱਥੋਂ ਕਨਖਲ ਵਾਲੇ ਪੰਡਿਤ ਜੀਵਾਨੰਦ ਨੂੰ ਪੱਤਰੀ ਸਮੇਤ ਪਿੰਡ ਲੈ ਆਵੇ। ਕਨਖਲ ਪੈਂਦਾ ਨਾ ਜਿੱਥੇ ਪਾਂਡੇ ਰਹਿੰਦੇ ਆ, ਅਤੇ ਮੈਨੂੰ ਵੀ ਕਈ ਵਾਰ ਜਾਣ ਦਾ ਮੌਕਾ ਮਿਲਿਆ ਕਨਖਲ, ਜਿੱਥੇ ਸਾਰੇ ਵਹੀ ਖਾਤੇ ਮਿਲਦੇ ਆ। ਅਤੇ ਕਨਖਲ ਤੋਂ ਜਿਹੜਾ ਜੀਵਾ ਰਾਮ ਨੂੰ ਪੱਤਰੀ ਵੀ ਲੈ ਆਵੇ ਜਾਣੀ। ਅਤੇ ਆਖਰ ਬਾਲਕ ਰਾਮ ਦਾ ਵੱਡਾ ਪੁੱਤ ਜੋਤ ਰਾਮ ਆਪਣੇ ਪਿਤਾ ਦੇ ਫੁੱਲ ਪਾ ਕੇ 3ਜੇ ਦਿਨ ਹਰਿਦੁਆਰ ਤੋਂ ਵਾਪਸ ਮੁੜਿਆ ਅਤੇ ਉਸ ਦੇ ਨਾਲ ਕਨਖਲ ਦਾ ਜੀਵਾਨੰਦ ਪਾਂਡਾ ਵੀ ਸੀ। ਆਥਣ ਵੇਲੇ ਦਾਨੋ ਨੇ ਆਪਣੇ ਵਿਹੜੇ ਦੇ ਵਿੱਚ ਪੰਚਾਇਤ ਬੁਲਾਈ ਅਤੇ ਉਸ ਨੇ ਘੁੰਡ ਕੱਢ ਕੇ ਹੱਥ ਬੰਨ੍ਹ ਕੇ ਆਖਿਆ, ਆਥਣ ਵੇਲੇ ਦਾਨੋ ਨੇ ਪਿੰਡ ਦੇ ਮੋਤਵਾਰ ਪਤਵੰਤਿਆਂ ਦੀ ਪੰਚਾਇਤ ਆਪਣੇ ਵਿਹੜੇ 'ਚ ਬੁਲਾਈ ਅਤੇ ਉਸ ਨੇ ਘੁੰਡ ਕੱਢ ਕੇ ਹੱਥ ਬੰਨ੍ਹ ਕੇ ਸਾਰਿਆਂ ਨੂੰ ਆਖਿਆ, ਤੁਸੀਂ ਇਹਨਾਂ ਪੰਜੇ ਮੁੰਡਿਆਂ ਨੂੰ ਪੁੱਛੋ ਇਹ ਮੇਰੇ ਕੀ ਲੱਗਦੇ ਨੇ। ਨੰਬਰਦਾਰ ਬੋਲਿਆ, ਇਹ ਵੀ ਭਾਈ ਕੋਈ ਪੁੱਛਣ ਵਾਲੀ ਗੱਲ ਹੈ? ਪੰਜਾਂ ਨੇ ਤੈਨੂੰ ਘਰੇ ਵਸਾਇਆ ਹੋਇਆ, ਜਾਣੀ ਮਤਲਬ ਤੂੰ ਤਾਂ ਸਾਂਝੀ ਹੋ ਗਈ ਨਾ, ਪੰਚਾਲੀ ਹੋ ਗਈ ਦ੍ਰੋਪਦੀ ਵਾਂਗੂ, ਵੀ ਪੰਜਾਂ ਨੇ ਤੁਹਾਨੂੰ ਆਪਣੇ ਘਰੇ ਵਸਾਇਆ ਹੋਇਆ ਤੈਨੂੰ। ਫਿਰ ਉਹ ਬੋਲੀ, ਇਹ ਪੰਜੇ ਬੈਠੇ ਨੇ ਤੁਹਾਡੇ ਸਾਹਮਣੇ,
ਇਹਨਾਂ ਦੇ ਵਿੱਚੋਂ ਕੋਈ ਆਖੇ ਕਿ ਉਸਨੇ ਮੇਰੇ ਨਾਲ ਫੇਰੇ ਲਏ ਨੇ, ਦਾਨੋ ਨੇ ਗਰਵ ਨਾਲ ਆਖਿਆ, ਜਾਣੀ ਉਹਨਾਂ ਪੰਜਾਂ 'ਚੋਂ ਵੀ ਕਿਸੇ ਨੇ ਉਹਨਾਂ ਨਾਲ ਫੇਰੇ ਨਹੀਂ ਸੀ ਲਏ, ਵੀ ਇਹਨਾਂ ਨੂੰ ਪੁੱਛੋ ਵੀ ਇਹਨਾਂ 'ਚੋਂ ਕਿਹਨੇ ਮੇਰੇ ਨਾਲ ਫੇਰੇ ਲਏ ਨੇ। ਇਹ ਸਵਾਲ ਸੁਣ ਕੇ ਸੂਬੇਦਾਰ ਬੋਲਿਆ, ਜਿਸ ਤੋਂ ਇਹਨਾਂ ਜ਼ਮੀਨ ਲਈ ਸੀ, ਕਿਉਂ ਭਾਈ ਮੁੰਡਿਓ, ਦਾਨੋ ਜੋ ਪੁੱਛਦੀ ਉਸ ਦਾ ਜਵਾਬ ਦਿਓ ਕਿ ਤੁਹਾਡੇ 'ਚੋਂ ਕਿਸੇ ਨੇ ਫੇਰੇ ਲਏ ਨੇ। ਅਤੇ ਜੋਤ ਰਾਮ ਸੀ ਜਿਹੜਾ ਵੱਡਾ, ਉਹ ਮਾਲਕਾਨਾ ਅੰਦਾਜ਼ ਵਿੱਚ ਬੋਲਿਆ, ਮਹਾਰਾਜ ਜਦੋਂ ਪੰਜ ਪਾਂਡਵਾਂ ਨੇ ਦਰੋਪਦੀ ਲਿਆਂਦੀ ਸੀ ਤਾਂ ਉਹਨਾਂ 'ਚੋਂ ਕਿਸ ਨੇ ਫੇਰੇ ਲਏ ਸਨ? ਦਾਨੋ ਬੋਲੀ, ਮੈਂ ਦੱਸਦੀ ਹਾਂ ਕਿ ਫੇਰੇ ਕਿਸ ਨੇ ਲਿੱਤੇ ਸਨ, ਨਾਲੇ ਦੱਸਦੀ ਹਾਂ ਛੋਟੇ ਪੁੱਤਰ ਦਾ ਨਾਂ, ਜਿਸ ਖਾਤਰ ਤੁਸੀਂ ਸਾਰੇ ਭਰਾ ਗੰਡਾਸੀ ਚੁੱਕੀ ਫਿਰਦੇ ਹੋ ਕਿ ਛੋਟਾ ਪੁੱਤ ਕੌਣ ਹੈ। ਅਤੇ ਉਸਨੇ ਪੰਡਿਤ ਜੀਵਾਨੰਦ ਪਾਂਡੇ ਨੂੰ ਇਸ਼ਾਰਾ ਕੀਤਾ, ਪੰਡਿਤ ਜੀ ਸਾਰੀ ਪੰਚਾਇਤ ਦੇ ਅੱਗੇ ਮੇਰੇ ਵਿਆਹ ਦੀ ਤਿੱਥ ਤਰੀਕ ਪੜ੍ਹ ਕੇ ਸੁਣਾ ਦਿਓ। ਅਤੇ ਜਦੋਂ ਜੀਵਾਨੰਦ ਪਾਂਡੇ ਨੇ ਆ ਵੱਡੀ ਪੱਤਰੀ ਖੋਲ੍ਹੀ ਜਿਸ ਦੇ ਉੱਤੇ ਸਵਾਸਤਕ ਦਾ ਪੀਲਾ ਨਿਸ਼ਾਨ ਸੀ, ਅਤੇ ਜਦੋਂ ਉਸਨੂੰ ਪੜ੍ਹ ਕੇ ਸੁਣਾਇਆ ਕਿ ਕੱਤਕ ਸੁਦੀ ਪੂਰਨਿਮਾ ਵਾਲੇ ਦਿਨ ਅੱਜ ਤੋਂ 6 ਸਾਲ ਪਹਿਲਾਂ ਦਾਨੋ ਦੇ ਵਿਆਹ ਦਾ ਸ਼ੁਭ ਕਾਰਜ ਪੰਡਿਤ ਬਾਲਕ ਰਾਮ ਸੁਪੁੱਤਰ ਹੇਤ ਰਾਮ ਨਾਲ ਹੋਇਆ ਸੀ। ਅਤੇ ਪੰਡਿਤ ਜੀਵਾ ਰਾਮ ਦੀ ਇਹ ਗੱਲ ਸੁਣ ਕੇ ਸਾਰੇ ਹੈਰਾਨ ਰਹਿ ਗਏ, ਅਤੇ ਸਾਰੀ ਪੰਚਾਇਤ ਅਤੇ ਉਹ ਪੰਜੇ ਭਰਾ ਵੀ ਸੁੰਨ ਹੋ ਗਏ ਕਿ ਹੈ, ਦਾਨੋ ਤਾਂ ਬਾਪੂ ਨਾਲ ਫੇਰੇ ਲਈ ਫਿਰਦੀ ਹੈ। ਦਾਨੋ ਨੇ ਫਿਰ ਆਪਣੇ ਪੁੱਤ ਦੇ ਸਿਰ 'ਤੇ ਹੱਥ ਰੱਖ ਕੇ ਆਖਿਆ ਕਿ ਉਹਨਾਂ ਦਾ ਸਭ ਤੋਂ ਛੋਟਾ ਪੁੱਤਰ ਇਹ ਹੈ ਜਿਸ ਦਾ ਕੋਈ ਨਾਂ ਨਹੀਂ ਹੈ, ਪਰ ਮੈਨੂੰ ਜਾਇਦਾਦ ਦੀ ਲੋੜ ਨਹੀਂ, ਮੈਂ ਤਾਂ ਬਸ ਇਹੋ ਚਾਹੁੰਦੀ ਹਾਂ ਕਿ ਇਹ ਘਰ ਪਹਿਲਾਂ ਵਾਂਗ ਵਸਿਆ ਰਹੇ, ਅੱਜ ਤੋਂ ਮੇਰੇ 6 ਪੁੱਤ ਨੇ। ਇਹ ਗੱਲ ਸੁਣ ਕੇ ਪੰਜਾਂ ਭਰਾਵਾਂ ਨੇ ਨੀਵੀਂ ਪਾ ਲਈ। ਇਹ ਹੈ ਕਹਾਣੀ ਦਾਨੋ। ਸੋ ਜਿਸ ਤਰ੍ਹਾਂ ਤੁਸੀਂ ਵੇਖੋ ਕਿ ਸਸਪੈਂਸ ਕਿੰਨੀ ਹੈ, ਅਤੇ ਹਾਲਾਂਕਿ ਜਿਸ ਤਰ੍ਹਾਂ ਦੀ ਕਹਾਣੀ ਸੀ ਕਿ ਉਹ ਵਾਰੋ ਵਾਰੀ ਇੱਕ ਇੱਕ ਕਰਕੇ ਘਰੇ ਰਹਿੰਦੇ ਸੀਗੇ, 4 ਖੇਤ ਅਤੇ 1 ਘਰੇ ਟਰਨ ਬਾਈ ਟਰਨ, ਅਤੇ ਇੱਕ ਰਿਸ਼ਤਾ ਸੀ ਕਿਸ ਟਾਈਪ ਦਾ ਸੀ ਉਹ ਤੁਸੀਂ ਜਾਣਦੇ ਹੋ। ਅਤੇ ਉਸ ਤੋਂ ਬਾਅਦ ਫਿਰ ਜਦੋਂ ਕਿਰਪਾ ਨਹੀਂ ਸੀ ਹੋ ਰਹੀ ਅਤੇ ਫਿਰ ਬਾਲਕ ਰਾਮ ਇਹਨਾਂ ਦਾ ਜਾਣੀ ਪਿਓ ਦਾਨੋ ਨੂੰ ਹਰਿਦੁਆਰ ਲੈ ਕੇ ਗਿਆ, ਅਤੇ ਜਿੱਥੇ ਉਸਨੇ ਫਿਰ ਆਪਣੇ ਨਾਲ ਫੇਰੇ ਲੈ ਲਏ। ਇਹ ਇਹਨਾਂ ਦਾ 6ਵਾਂ ਭਰਾ ਬਣ ਗਿਆ। ਜਾਣੀ ਇੱਕ ਜੰਗ ਨਹੀਂ ਚੱਲੀ ਘਰ 'ਚ, ਹੈ ਨਾ, ਅਤੇ ਵੀ ਅਸਲ ਦੇ ਵਿੱਚ ਵਿਆਹ ਦਾਨੋ ਨੇ ਇਹਨਾਂ ਦੇ ਪਿਓ ਨਾਲ ਕਰਾਇਆ ਸੀ, ਨਾ ਕਿ ਇਹਨਾਂ ਨਾਲ। ਸੋ ਇਹ ਇੱਕ ਬੋਲਡ ਫੈਸਲਾ, ਪਰ ਇਸ ਦੇ ਵਿੱਚ ਹੁਣ ਤੁਸੀਂ ਵੇਖੋ ਕਿ ਜੇ ਹੁਣ ਕਹਾਣੀ ਦਾ ਜੋ ਤੁਸੀਂ ਇਹ, ਵੈਸੇ ਮਾਲਵੇ ਦੇ ਵਿੱਚ ਜਾਂ ਪੰਜਾਬ 'ਚ ਇਹ ਚੀਜ਼ਾਂ ਵਾਪਰਦੀਆਂ ਸੀ, ਇੱਕ ਚੁੱਲ੍ਹੇ 'ਤੇ ਕਈਆਂ ਦਾ ਰੋਟੀ ਖਾਣਾ, ਉਹ ਗੀਤ ਵੀ ਹੈ ਨਾ ਕਿ ਲੈ ਬਾਪੂ ਮੈਂ ਚੱਲੀ ਰੋਟੀ 2 ਚੁੱਲ੍ਹਿਆਂ 'ਤੇ ਖਾ ਲਾਂਗੀ, ਹੈ ਨਾ, ਜਦੋਂ ਇੱਕ ਦਿਓਰ ਆਪਣੀ ਭਰਜਾਈ ਨੂੰ ਰਿਸ਼ਤਾ ਲਿਆਉਣ ਦੀ ਗੱਲ ਕਰਦਾ, ਬਾਬੂ ਸਿੰਘ ਮਾਨ ਬਰਾੜਾ ਦਾ ਗੀਤ ਹੈ ਨਾ, ਕਿਉਂਕਿ ਪੰਚਾਲੀ ਦਾ ਜਿਹੜਾ ਕੰਸੈਪਟ ਹੈ ਪਾਂਡਵਾਂ 'ਚ ਹੀ ਨਹੀਂ, ਆਮ ਪੰਜਾਬ 'ਚ ਵੀ ਹੁੰਦਾ ਰਿਹਾ। 2-2, 3-3 ਛੜੇ ਹੁੰਦੇ ਸੀ ਇੱਕ ਘਰ 'ਚ, ਅਤੇ ਉਹ ਸਿਲਸਿਲਾ ਕਿਤੇ ਨਾ ਕਿਤੇ ਇਹ ਚੀਜ਼ਾਂ ਵਾਪਰੀਆਂ, ਕਿਉਂਕਿ ਔਰਤ ਦੀ ਜਦੋਂ ਘਾਟ ਸੀ ਫਿਰ ਉਹ ਔਰਤ ਇਸ ਤਰ੍ਹਾਂ ਦੀ ਕੁਦੇਸਣਾਂ ਲਿਆਈਆਂ ਜਾਂਦੀਆਂ ਸੀ। ਸੋ ਉਸ ਸਿਲਸਿਲੇ ਦੇ ਵਿੱਚੋਂ ਇਹ ਜਿਹੜੇ ਵਰਤਾਰੇ ਨਿਕਲਦੇ ਨੇ ਨਾ ਕਿ ਇੱਕ ਔਰਤ ਸਾਰਾ ਘਰ ਬੰਨ੍ਹ ਕੇ ਬੈਠੀ ਰਹੀ, ਪਰ ਕਈਆਂ ਨੂੰ ਇਹ ਚੀਜ਼ਾਂ ਗੈਰ ਸਮਾਜਿਕ ਲੱਗਣੀਆਂ ਨੇ, ਪਰ ਦੂਸਰੇ ਪਾਸੇ ਹੱਲ ਕੀ ਸੀਗਾ? ਹੁਣ ਹੱਲ ਉਸ ਮੁਤਾਬਕ ਲੋਕ ਤਾਂ ਸਮਝਦੇ ਸੀ ਕਿ ਜਿਹੜਾ ਪੂਰਨ ਹੈ, ਗੂੰਗਾ ਆ, ਸਾਰਿਆਂ ਤੋਂ ਛੋਟਾ ਆ, ਕਿ ਉਹਨੂੰ ਸਾਰਾ ਵਾਰਸ ਬਣਾ ਦਿਓ, ਅਤੇ ਫਿਰ ਉਸ ਛੋਟੇ ਬੱਚੇ ਦਾ ਕੀ ਹਾਲ ਹੁੰਦਾ ਅਤੇ ਬਾਕੀ 4 ਦਾ ਕੀ ਹਾਲ ਹੁੰਦਾ? ਫਿਰ ਉਹ ਡਾਂਗ ਖੜਕਣੀ ਸੀ ਨਾ।
ਪਰ ਜਦੋਂ ਉਸਨੇ ਦਸਤਾਵੇਜ਼ ਪੇਸ਼ ਕਰ ਦਿੱਤਾ ਕਿ ਭਾਈ ਮੈਂ ਤਾਂ ਇਹਨਾਂ ਦੇ ਪਿਤਾ ਨਾਲ ਵਿਆਹ ਕਰਾਇਆ, ਜਾਣੀ ਉਹ ਭਾਵੇਂ ਰਿਸ਼ਤਾ ਜਿਸਮਾਨੀ ਨਹੀਂ ਸੀ, ਇੱਕ ਲੀਗਲ ਰਿਸ਼ਤਾ ਉਹਨਾਂ ਦੇ ਪਿਓ ਨਾਲ ਸੀ, ਜਿਸਮਾਨੀ ਰਿਸ਼ਤਾ ਭਾਵੇਂ ਪੰਜਾਂ ਪੁੱਤਰਾਂ ਨਾਲ ਸੀ, ਪਰ ਉਹ ਇੱਕ ਰੋਕ ਲੱਗ ਗਈ। ਇਸ ਕਰਕੇ ਕਈ ਵਾਰੀ ਲੀਗਲ ਅਤੇ ਇਲੀਗਲ ਦਾ ਵੀ ਬੜਾ ਹੁੰਦਾ, ਜਿੱਥੇ ਫੋਕਲੋਰ ਕੰਮ ਕਰਦਾ, ਜਿੱਥੇ ਵਿਰਸਾ ਵਿਰਾਸਤ ਕੰਮ ਕਰਦੀ ਹੈ। ਸੋ ਇਹ ਸੀ ਕਹਾਣੀ ਦਾਨੋ ਲਿਖਤਮ ਬਲਵੰਤ ਗਾਰਗੀ, ਕਿਉਂਕਿ ਬਲਵੰਤ ਗਾਰਗੀ ਪਿੰਡਾਂ 'ਚ ਵਿਚਰਿਆ। ਸੋ ਪੰਜਾਬ ਦੇ ਸੱਭਿਆਚਾਰ ਦੀਆਂ ਕਈ ਮਿਸਾਲਾਂ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਅੱਖੀਂ ਡਿੱਠੇ ਵਰਤਾਰਿਆਂ 'ਤੇ ਆਧਾਰਿਤ ਨੇ। ਸੋ ਇਹ ਕਹਾਣੀ ਹੈ ਦਾਨੋ ਲਿਖਤਮ ਬਲਵੰਤ ਗਾਰਗੀ, ਅਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਅਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੇ ਟਿਵਾਣਾ ਰੇਡੀਓ ਦੇ ਯੂਟਿਊਬ ਪੇਜ 'ਤੇ ਲਾਈਵ ਸੁਣਦੇ ਹੋ, ਅਤੇ ਜਿਸ ਦੌਰਾਨ ਇਸ ਲਾਈਵ ਪ੍ਰੋਗਰਾਮ ਦਾ ਲਿੰਕ ਅਤੇ ਜਾਂ ਆਪਣੇ ਵੀਡੀਓਜ਼ ਹੁੰਦੇ ਨੇ ਉਹਨਾਂ ਦੇ ਲਿੰਕ ਤੁਸੀਂ ਆਪਣੇ ਵਟਸਐਪ ਗਰੁੱਪ ਨੰਬਰ 9876630956 'ਤੇ ਮੰਗਵਾ ਸਕਦੇ ਹੋ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਕਹਾਣੀ ਵਧੀਆ ਸੀ, ਇਸ ਮਾਮਲੇ 'ਚ ਬੁੱਢਿਆਂ 'ਤੇ ਵੀ ਇਤਵਾਰ ਨਹੀਂ ਕਰਨਾ ਚਾਹੀਦਾ। ਸੈਣੀ ਸਾਹਿਬ ਵੈਸੇ ਜ਼ਰੂਰੀ ਨਹੀਂ ਕਿ ਉਹਦਾ ਰਿਲੇਸ਼ਨ ਸੀ ਕਿ ਉਹ ਬੰਦਾ ਜਨੈਟਿਕਲੀ ਆਪਣੇ ਉਸ ਤੋਂ ਹੋਇਆ ਹੋਵੇ, ਪਰ ਇੱਕ ਉਹਨਾਂ ਨੇ ਵਿਚਲਾ ਹੱਲ ਕੱਢਿਆ, ਸਿਆਣਪ ਸੀਗੀ ਕਿ ਉਹ ਪੰਜ ਨੇ, ਬਾਅਦ ਦੇ ਵਿੱਚ ਅਗਰ ਬੱਚਾ ਹੋ ਜਾਂਦਾ ਹੈ ਉਹਨਾਂ ਦਾ ਅਸਲੀ ਵਾਰਸ ਕੌਣ ਹੋਏਗਾ, ਉਸ ਨੂੰ ਲੈ ਕੇ ਵੀ ਦਵੰਧ ਪੈਦਾ ਹੋ ਜਾਂਦਾ ਹੈ। ਅਤੇ ਕਿਉਂਕਿ ਜਿਹੜਾ ਬ੍ਰਾਹਮਣ ਭਾਈਚਾਰਾ ਨਾ ਬੜਾ ਸੁਚੇਤ ਹੈ, ਸਾਡੇ ਪਿੰਡ ਦੇ ਜਿਹੜੇ ਪੁਰੋਹਿਤ ਹੁੰਦੇ ਸੀ, ਸਾਡੇ ਪਿੰਡ ਤਕਰੀਬਨ ਸਾਰੇ ਘਰ ਟਹਿ ਗਏ, ਸਾਡਾ ਪੁਰਾਣਾ ਘਰ ਹੈਗਾ, ਦਾਦੇ ਦਾ ਬਣਾਇਆ ਹੋਇਆ, ਫਾਦਰ ਸਾਹਿਬ ਹੋਰਾਂ ਦਾ ਬਣਾਇਆ ਹੋਇਆ, ਅਤੇ ਇੱਕ ਸਾਡੇ ਪਿੰਡ ਬ੍ਰਾਹਮਣਾਂ ਦਾ ਘਰ ਹੈ, ਕਦੇ ਮੈਂ ਵੀਡੀਓ ਪਾਵਾਂਗਾ। ਉਹਨੇ ਮਤਲਬ ਬ੍ਰਾਹਮਣ ਨੇ ਆਪਣੇ ਚੁਬਾਰੇ ਦੇ ਉੱਤੇ ਸਮਿੰਟ ਦੇ ਅੱਖਰਾਂ 'ਚ ਵਸੀਅਤ ਲਿਖੀ ਹੋਈ ਹੈ ਕਿ ਮੈਂ ਫਲਾਣਾ ਰਾਮ ਅਤੇ ਮੇਰੇ ਵਾਰਸ ਉਹ ਹੋਣਗੇ, ਪਿੰਡ ਦੇ ਪ੍ਰੋਹਿਤ ਹੋਣਗੇ ਅਤੇ ਮੇਰੀ ਮਲਕੀਅਤ ਦੇ ਮਾਲਕ ਵੀ ਇਹ ਹੋਣਗੇ। ਮਤਲਬ ਮਹਾਜਨ ਭਾਈਚਾਰੇ 'ਚ ਸਮਝ ਬਹੁਤ ਹੈ, ਅਤੇ ਸਾਡੇ ਵਾਲੇ ਬਾਕੀ ਲਾਣੇ 'ਚ ਵਸੀਅਤ ਹੋਣ ਤੋਂ ਬਾਅਦ ਵੀ ਡਾਂਗਾਂ ਖੜਕਦੀਆਂ ਨੇ। ਸੋ ਇਸ ਕਰਕੇ ਮਹਾਜਨ ਦੀ ਜਿਹੜੀ ਮੱਤ ਹੈ ਨਾ ਉਹ ਜਰਖੇਜ਼ ਹੁੰਦੀ ਹੈ ਬਹੁਤੀ ਹੱਦ ਤੱਕ, ਅਤੇ ਸਾਡੇ ਲਾਣਿਆਂ ਦੀ ਜ਼ਿੱਦੀ ਹੁੰਦੀ ਹੈ। ਸੋ ਕਾਨੂੰਨ ਵੀ ਇਹੀ ਕਹਿੰਦਾ ਜੀ, ਆਪਣਾ ਸੈਣੀ ਸਾਹਿਬ ਨੇ ਲਿਖਿਆ। ਅਤੇ ਸੁਖਜੀਤ ਦੀਆਂ ਤਕਰੀਬਨ ਸੁਣਾਈਆਂ ਨੇ ਜੀ ਕਹਾਣੀਆਂ, ਕੁਛ ਕੁ ਰਹਿੰਦੀਆਂ ਸੁਣਾਵਾਂਗੇ। ਅਤੇ ਸੱਗੀ ਨਿਰਮਲ ਕਹਿੰਦੇ ਜੀ ਦਾਨੋ ਸਿਆਣੀ ਔਰਤ ਨਿਕਲੀ ਜਿਸਨੇ ਪੂਰਾ ਘਰ ਸਾਂਭ ਲਿਆ। ਕਮੈਂਟਰੀ ਤੋਂ ਗੁਰਵੀਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਇੱਕ ਸੈਕਿੰਡ। ਸੋ ਦੋਸਤੋ ਇਹ ਸੀ ਕਹਾਣੀ ਦਾਨੋ ਲਿਖਤਮ ਬਲਵੰਤ ਗਾਰਗੀ।